ਰਾਜਪੁਰਾ ਸਬ ਡਿਵੀਜ਼ਨ ਦੇ ਹਲਕਾ ਘਨੌਰ ਦੇ ਵਿੱਚ ਪੈਂਦੇ ਪਿੰਡ ਮਦਨਪੁਰ ਚਲਹੇੜੀ ਵਿਖੇ ਸੰਤ ਬਾਬਾ ਬੰਦ ਸਿੰਘ ਜੀ ਦੀ ਦੇਖ ਰੇਖ ਦੇ ਹੇਠ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਵਿੱਚ ਭਾਈ ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਰਾਜਪੁਰਾ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਸੀ ਅਤੇ ਸੰਗਤ ਦੇ ਲਈ ਕਈ ਤਰ੍ਹਾਂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਡਾਕਟਰ ਰਜਿੰਦਰ ਮੋਹੀ, ਆਜ਼ਾਦ ਟੀਵੀ ਨਿਊਜ਼। ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਦਾ ਜਨਮ ਸਥਾਨ ਲੋਧੀ ਕੇ ਸੁਲਤਾਨਪੁਰ ਮਾਤਾ ਸੁਲੱਖਣੀ ਪਿਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਜ ਬਾਬੇ ਸ਼੍ਰੀ ਚੰਦ ਮਹਾਰਾਜ ਦਾ ਪ੍ਰਗਾਸ ਦਿਹਾੜਾ ਮਨਾ ਰਹੇ। ਧੂਮਧਾਮ ਅਤੇ ਮਦਨ ਝਲੜੀ ਸਾਧ ਸੰਗਤ ਵਿਦਵਾਨ ਕਥਾ ਕੀਰਤਨ ਵਾਲੇ ਬੇਸਮਾਰ ਆਏ ਵੇ ਸੱਚਾ ਪਾਤਸ਼ਾਹ ਧੰਨ ਬਾਬਾ ਸ਼੍ਰੀ ਚੰਦ ਮਿਹਰ ਕਰਾ ਵਾਹਿਗੁਰੂ ਜੀ ਕਾ ਖਾਲਸਾ। ਅੱਜ ਸਥਾਨ ਗੁਰਦੁਆਰਾ ਡੇਰਾ ਬਾਬਾ ਸ਼੍ਰੀ ਚੰਦ ਜੀ ਪਿੰਡ ਮਦਨਪੁਰ ਝਲੜੀ ਵਿਖੇ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੋ ਸਾਲਾਨਾ ਸਮਾਗਮ ਸੰਤ ਬਾਬਾ ਬੰਦ ਸਿੰਘ ਜੀ ਮਹਾਂਪੁਰਸ਼ਾਂ ਦੇ ਦੇਖ ਰੇਖ ਦੇ ਵਿੱਚ ਮਨਾਏ ਜਾਂਦੇ ਨੇ, ਸੋ ਇਹ ਸਮਾਗਮ ਅੱਜ ਅਖੀਰਲਾ ਦਿਨ ਹੈ। 5 ਦਿਨ ਲਗਾਤਾਰ ਸਮਾਗਮ ਚੱਲਦਾ ਹੈ। ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਅਤੇ ਇਲਾਕੇ ਖਾਸ ਕਰਕੇ ਸਾਰੇ ਇਲਾਕੇ ਦੀ ਸੰਗਤ ਜਿਹੜੀ ਹੈ ਉਹ ਵਿਸ਼ੇਸ਼ ਕਰਕੇ ਸਮਾਗਮ ਵਿੱਚ ਪਹੁੰਚਦੀ ਹੈ ਅਤੇ 5 ਦਿਨ ਸੰਗਤਾਂ ਜਿਹੜਾ ਇੱਥੇ 24 ਘੰਟੇ ਲੰਗਰ ਜਿਹੜਾ ਇੱਥੇ ਚੱਲਦਾ ਰਹਿੰਦਾ। ਸੋ ਮਹਾਂਪੁਰਖਾਂ ਵੱਲੋਂ ਸਾਰੀ ਸੰਗਤ ਦਾ ਅਤੇ ਆਏ ਹੋਏ ਸਾਰੇ ਰਾਗੀ ਸਿੰਘ ਸਾਹਿਬਾਨਾਂ ਦਾ, ਪ੍ਰਚਾਰਕਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।